ਅਸਲਾਮ ਵਾਲੇਕਮ ਜੀ ਵਾਲੇਕੁਮ ਅਸਲਾਮ ਸਰ ਕੀ ਹਾਲ ਹੈ الحمدللہ الحمدللہ ਮਿਸਤਰੀ ਸਾਹਿਬ ਠੀਕ ਹੈ ਆਪ ਹਾਂਜੀ ਫਰਸਟ ਕਲਾਸ ਸਰ ਆਪ ਸੁਣਾਏ ਸ਼ੁਕਰ ਹੈ ਜੀ ਅੱਲਾ ਦਾ ਅੱਛਾ ਮੈਨੂੰ ਇਹ ਦੱਸੋ ਕਿ ਇਹ ਇਟਾਂ ਜੋੜ ਕੇ ਕਿਉਂ ਬੈਠੇ ਆ ਇਟਾਂ ਵੀ 10 ਵੀ ਲਈ ਬੈਠੇ ਹੋ ਤੇ ਖੈਰ ਹੈ ਕੀ ਗੱਲ ਹੈ ਸਰ ਇਹ ਭਾਈ ਨੇ ਜ਼ਰਾ ਇਹਦਾ ਕੰਮ ਚੱਲ ਰਿਹਾ ਹੈ ਅੱਛਾ ਤੇ ਡਾੜੇ ਦੀ ਤੋਂ ਤੁਹਾਨੂੰ ਦੱਸ ਰਿਹਾ ਸੀ ਕਿ ਦੀਵਾਰ ਦਾ ਜੋੜ ਕਿਵੇਂ ਪਾਣਾ ਹੈ ਬਾਹਰ ਚ ਦਰਵਾਜ਼ਾ ਲਗਾਉਣਾ ਚਾਹਤੇ ਸਨ ਵਿੱਚ ਠੀਕ ਹੈ ਤੇ ਹੈ ਗਰੀਬ ਨੇ ਮਿਸਤਰੀ ਦੇ ਪੈਸੇ ਨਹੀਂ ਅਮਾਉਂਟ ਕਰ ਸਕਦੇ ਠੀਕ ਹੋ ਗਿਆ ਤੇ ਉਹਨੇ ਕਿਹਾ ਮੈਂ ਖੁਦ ਹੀ ਬਣਾਉਣਾ ਚਾਹਣਾ ਠੀਕ ਹੈ ਮੈਂ ਕਿਹਾ ਆਓ ਜੀ ਤੁਹਾਨੂੰ ਅਸੀਂ ਸਮਝਾ ਦਿੰਨੇ ਆ ਸਮਝਾ ਦਿੰਨੇ ਆ ਤੁਸੀਂ ਵੇਖ ਲੈਣਾ ਭਾਈ ਨੂੰ ਮੈਂ ਦੱਸ ਰਿਹਾ ਤੁਸੀਂ ਜਰਾ ਦੱਸ ਤੋਂ ਤੁਹਾਨੂੰ ਸਾਡੇ ਵੇਖਣ ਵਾਲੇ ਵੀ ਜਿਹੜੇ ਇਸ ਚੀਜ਼ ਨੂੰ ਸਮਝ ਸਕਦੇ ਨੇ ਕਿ ਘਰ ਦੇ ਵਿੱਚ ਜੋੜ ਜਾਂ ਦੀਵਾਰ ਨੂੰ ਡਾੜਾ ਲਾਣਾ ਹੋਵੇ ਤਾਂ ਉਹਦਾ ਤਰੀਕਾ ਕਰ ਕੀ ਹੈ ਹਾਂਜੀ ਇਹ ਵੇਖੋ ਜੀ ਐਂ ਜਿਸੀਂ ਨੂੰ ਜੁਆਇੰਟ ਕੀਤਾ ਥੋੜਾ ਜਿਹਾ ਸਪੇਸ ਛੱਡਿਆ ਵਿੱਚ ਤੇ ਅੱਗੇ ਫੇਰ ਏਟ ਲਾ ਦिती ਠੀਕ ਹੋ ਗਿਆ ਜੀ ਇਹਨੂੰ ਚੁੱਕ ਲਿਆ ਮੋਟੀ ਬੜੀ ਹੈ ਠੀਕ ਹੈ ਨਜ਼ਰ ਆ ਰਹੀ ਨਾ ਜੀ ਬਿਲਕੁਲ ਇਹਨੂੰ ਪਰਾ ਕਰਦੇ ਕਿਉਂਕਿ ਇੱਕ ਸਾੱਚੇ ਦੀ ਏਟ ਹੋਏਗੀ ਉਹਦੀ ਚਾਰਲਸ ਖੂਬਸੂਰਤ ਔਰ ਅੱਛੀ ਬਣੇਗੀ ਬਣੇਗੀ ਠੀਕ ਹੋ ਗਿਆ ਇਸ ਤੋਂ ਬਾਅਦ ਇਹ ਸੈਂਟਰ ਫੇਰ ਜੀ ਇੱਥੇ ਆ ਗਿਆ ਸੈਂਟਰ ਚ ਰੱਖ ਦੇਣੀ ਹੈ ਹਾਂ ਜੀ ਇਹ ਕਹੇ ਸਾਈਡ ਤੇ ਆ ਗਈ ਸਰ ਠੀਕ ਹੋ ਗਿਆ ਇਹ ਕਹਿ ਚੁੱਕੀ ਤੇ ਇਸ ਜਗ੍ਹਾ ਤੇ ਆ ਗਿਆ ਯਾਨੀ ਕਿ ਸੈਂਟਰ ਦੇ ਵਿੱਚ ਤੁਸੀਂ ਰੱਖਣੀ ਹੈ ਹਾਂ ਜੀ ਬਿਲਕੁਲ ਠੀਕ ਹੋ ਗਿਆ ਫਿਰ ਉਸ ਤੋਂ ਉੱਤੇ ਫਿਰ ਸਾਰਾ ਇੰਜ ਆ ਗਿਆ ਇਹ ਵੀ ਯਾਨੀ ਕਿ ਦਰਮਿਆਨੀ ਏਟ ਦੇ ਦਰਮਿਆਨ ਹਾਂ ਜੀ ਇਹ ਵੀ ਦਰਮਿਆਨ ਕਿਉਂਕਿ ਸੈਂਟਰ ਨਹੀਂ ਛੋੜਨਾ ਚਾਲ ਦੇ ਵਿੱਚ ਸੈਂਟਰ ਨਹੀਂ ਛੋੜਨਾ ਸੈਂਟਰ ਨਹੀਂ ਛੋੜਨਾ ਠੀਕ ਹੋ ਗਿਆ ਇਹ ਇੱਥੇ ਇਹ ਲੱਗ ਗਿਆ ਠੀਕ ਹੋ ਗਿਆ ਇਹ ਇਹ ਦਾੜਾ ਤਿਆਰ ਹੋ ਗਿਆ ਚਾਚੂ ਜੀ ਇਸ ਤਰੀਕੇ ਨਾਲ ਧਾੜੇ ਛੋੜਨੇ ਤੁਸੀਂ ਯਾਨੀ ਕਿ ਤੁਸੀਂ ਹੁਣ ਦੀਵਾਰ ਨੂੰ ਦਾਇਆਂ ਪਾਈਂ ਜਿੱਧਰ ਵੀ ਲਿਜਾ ਸਕਦੇ ਹੋ ਜਿੱਧਰ ਮਰਜ਼ੀ ਚਾਲ ਬਣੇ ਅਗਰ ਅਗਰ ਇਹ ਤੁਹਾਡਾ ਹੋਵੇ ਚੌਰਸ ਜੀ ਤੇ ਇੱਥੇ ਚਾਰ ਦੀਵਾਰਾਂ ਨੇ ਦਾਇਂ ਪਾਈਂ ਫਿਰਨਾ ਹੋਵੇ ਤੇ ਫਿਰ ਇਸ ਜੋੜ ਨੂੰ ਤੁਸੀਂ ਕੀ ਕਰੋਗੇ ਉਹ ਫਿਰ ਇਸੇ ਸਾਰੇ ਨਿਸ਼ਾਨ ਲੈ ਲਾਂਗੇ ਇੰਜ ਨਿਸ਼ਾਨ ਆ ਗਿਆ ਸਾਡਾ ਬਾਉਂਡਰੀ ਦਾ ਠੀਕ ਹੈ ਦੂਸਰਾ ਨਿਸ਼ਾਨ ਚਲਾ ਗਿਆ ਬਾਉਂਡਰੀ ਦਾ ਠੀਕ ਹੈ ਇਹੋ ਹੀ ਚੁੱਕਾਂਗੇ ਤੇ ਇੱਥੇ ਲਾ ਦੇਾਂਗੇ ਠੀਕ ਹੋ ਗਿਆ ਇਹ ਚੁੱਕ ਕੇ ਇੱਥੇ ਆ ਜਾਏਗੀ ਸਰ ਠੀਕ ਹੋ ਗਿਆ ਦੂਸਰੀ ਦੀਵਾਰ ਆ ਗਈ ਠੀਕ ਹੋ ਗਿਆ ਇਹ ਸੈਂਟਰ ਆ ਗਿਆ ਜੀ ਠੀਕ ਹੋ ਗਿਆ ਹੋਣ ਇਟਾਂ ਸਾਰ ਸਾਡੇ ਕੋਲ ਕੰਮ ਨੇ ਕੰਮ ਨੇ ਚਲੋ ਨੈਕਸਟ ਵੀਡੀਓ ਦੇ ਵਿੱਚ ਇਨਸ਼ਾ ਅੱਲਾਹ ਤਾਲਾ ਐ ਸਾਰਾ ਐ ਵੇਖੋ ਦੂਸਰਾ ਐ ਅੰਜ ਆ ਗਿਆ ਐ ਐਜੀ ਦੀਵਾਰ ਦਾ ਹੋ ਗਿਆ ਇਹ ਚੌਰਾਸ ਹੋ ਗਈ ਦੂਸਰੀ ਦੀਵਾਰ ਸਮਝ ਆ ਗਈ ਸਮਝ ਆ ਗਈ ਇਹ ਕੈ ਦੀਵਾਰ ਹੋ ਗਈ ਦੂਸਰੀ ਐ ਹੋ ਗਈ ਚੌਥੀ ਐਸੇ ਆ ਗਈ ਆ ਗਈ ਜਨਾਬ ਚਲੋ ਜੀ ਅੱਜ ਤੁਸੀਂ ਸਾਨੂੰ ਦੱਸਿਆ ਇੱਕ ਲਫ਼ਜ਼ ਦੀ ਸਿਖਾਵੇ ਜਿਹੜਾ ਕਹਿੰਦੇ ਨੇ ਉਸਤਾਦ ਹੁੰਦਾ ਬਹੁਤ ਸ਼ੁਕਰੀਆ ਸਰ ਠੀਕ ਹੈ ਜੀ ਸਾਡੇ ਵੇਖਣ ਵਾਲਿਆਂ ਨੂੰ ਕੋਈ ਪੈਗਾਮ ਮੈਸੇਜ ਦੇਣਾ ਚਾਹੋ ਕੋਈ ਨਹੀਂ ਸਰ ਕੋਈ ਦੁਆ ਸਲਾਮ ਕਰਨਾ ਚਾਹੋ ਸਾਨੂੰ ਯਾਦ ਕਰੇਗਾ ਸਾਰਾ ਸਹੀ ਹਾਜ਼ਰ ਹੋਵਾਂਗੇ ਠੀਕ ਹੋ ਗਿਆ ਚੁਨਾਈ ਪਲਸਟਰ ਟਾਇਲ ਮਾਰਬਲ ਦਾ ਸਾਰਾ ਕੰਮ ਕਰਨੇ ਆ ਠੀਕ ਹੋ ਗਿਆ ਜੀ ਇਨਸ਼ਾ ਅੱਲਾਹ ਤੁਹਾਡਾ ਲਿੰਕ ਜਿਹੜਾ ਹੈ ਉਹ ਤੁਹਾਡੇ ਜਿਹੜਾ ਕੰਟੈਕਟ ਔਰ ਡਿਸਕ੍ਰਿਪਸ਼ਨ ਚ ਦੇ ਦਾਂਗੇ ਠੀਕ ਵੀਡੀਓ ਦੇ ਵਿੱਚ ਦੇ ਦਾਂਗੇ ਤੁਹਾਡੇ ਕੋਲ ਕੋਈ ਵੀ ਬੰਦਾ ਵੈਸੇ ਵੀ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦਾ ਜ਼ਰੂਰੀ ਨਹੀਂ ਕਿ ਕੰਮ ਵਾਸਤੇ ਬੁਲਾਏ ਕਿਸੇ ਬੰਦੇ ਦਾ ਕੰਮ ਹੋ ਰਿਹਾ ਹੁੰਦਾ ਪੁੱਛਣਾ ਚਾਹੁੰਦਾ ਕਿਸੇ ਕੋਈ ਐਸਟੀਮੇਟ ਵਗੈਰਾ ਲੈਣਾ ਚਾਹੁੰਦਾ ਤੁਹਾਨੂੰ ਤੁਸੀਂ ਗਾਈਡ ਕਰੋਗੇ ਠੀਕ ਬਹੁਤ ਸ਼ੁਕਰੀਆ ਜੀ थैंक यू सो मच गाइस मिलते हैं इंशाल्लाह ताला एक नई एक बहुत ही शानदार वीडियो में दोबारा अपना ख्याल रखिएगा दुआओं में याद रखिएगा अल्लाह निगेबान